ਬੜੀ ਉੜਦੀ ਆ ਮੈਂ ਹੁਣ ਮਾੜਾ ਜਿਹਾ ਰੇਸ ਖੋਲੀ ਉਹ ਜਾਂਦੀ ਚੀ ਚੀਗਾ ਸਤਿ ਸ਼੍ਰੀ ਅਕਾਲ ਜੀ ਜਿੱਦਾਂ ਤੁਹਾਨੂੰ ਕਿਹਾ ਸੀ ਨਾ ਆਪਾਂ ਮਿੰਨੀ ਕੂਪਰ ਵੇਖਣ ਜਾਂਦੇ ਹੁਣ ਆਪਾਂ ਮਿੰਨੀ ਕੂਪਰ ਵੇਖਣੀ ਸ਼ੁਰੂ ਕਰਤੀ ਆ ਅਤੇ ਦਸੂਏ ਆਏ ਆ ਉਧਰੋਂ ਜਿਨ੍ਹਾਂ ਦੀ ਮਿੰਨੀ ਕੂਪਰ ਆ ਉਹ ਲੈ ਕੇ ਆਉਣ ਦੇ ਆ ਇੱਥੇ ਦੇਖ ਦਿਖਾਲਾ ਹੋਣਾ ਆ ਸਿਮਰ ਵੀ ਆਈ ਆ ਅਤੇ ਨਾਲ ਵਿਖਾਲ ਵੀ ਆਇਆ ਦੋਵੇਂ ਜਣੇ ਆਏ ਆ ਅੱਜ ਤਸੱਲੀ ਨਾਲ ਚੰਗੀ ਤਰ੍ਹਾਂ ਨਾਲ ਮੈਂ ਕਿਹਾ ਸਿਮਰ ਨੂੰ ਇੱਥੇ ਵਿਖਾ ਲਈਏ ਜੇ ਤਾਂ ਪਸੰਦ ਆ ਗਈ ਤਾਂ ਆਪਾਂ ਡੰਮ ਕਰ ਜਾਣੀ ਆ ਨਹੀਂ ਤਾਂ ਫਿਰ ਹੋਰ ਵੀ ਦੇਖਾਂਗੇ ਹੈ ਨਾ ਨਾਲੇ ਮੈਂ ਵੀ ਪਹਿਲੀ ਵਾਰੀ ਬਹਿ ਕੇ ਵੇਖਣਾ ਮਿੰਨੀ ਕੂਪਰ ਦੇ ਵਿੱਚ ਪਤਾ ਤਾਂ ਲੱਗੇ ਹੈ ਕਿ ਕਿੱਦਾਂ ਦੀ ਕੀ ਚੀਜ਼ ਆ ਨਾਮ ਬਹੁਤ ਆ ਉਹਦਾ ਨਹੀਂ ਠੀਕ ਆ ਕਿ ਨਹੀਂ दस क मिनट मैं बहर खड़ा हाँ बहर गर्मी हाँ तैयार के फिर मैं गड्डी बह गया वेट कर भी मिनट हो गए सू बैठे अजे केंद्र पाँच मिनट बस भाजी पाँच मिनट पहुँचने वाली आऊगी उन्होंने आना है इधर मकेरिया वालों अं आई हैं जलंधर वालों इतने सेंटर है ना मिनी कूपर से बह गए गेड़ी वह भी दूजी आ कन्वर्टेबल जिदा अपनी थार आ ਸਾਰ ਦਾ ਆਪ ਲਾਉਣਾ ਪੈਂਦੀ ਹੈ ਛੱਤੇ ਦੀ ਬਟਨ ਨਪੋਟ ਪਿੱਛੇ ਨੂੰ ਤੂੰ ਤਾਂ ਮੈਚਿੰਗ ਕਰਕੇ ਆਈ ਇੱਦਾਂ ਦੀ ਇੱਦਾਂ ਦੀ ਆ ਭਾਈ ਰੰਗ ਵੀ ਉੱਦਾਂ ਦਾ ਹੀ ਉਹਦਾ ਰੈੱਡ ਬਲੈਕ ਲਓ ਜੀ ਆ ਗਈ ਆਪਣੀ ਮਿੰਨੀ ਕੂਪਰ ਵੇਖੋ ਹਾਂ ਦਿਖਦੀ ਆ ਉਹਦੇ ਆ ਗਈ ਆ ਗਈ ਇੰਡੀਕੇਟਰ ਵੀ ਜਗਾ ਦਿੱਤੇ ਆ ਲਓ ਜੀ ਆਹ ਆਇਆ ਜੀ ਮਿੰਨੀ ਕੂਪਰ ਕਨਵਰਟੇਬਲ ਟਿੱਡੀ ਜੀ ਆ ਹੈ ਨੰਬਰ ਵੀ ਜਲੰਧਰ ਦਾ ਹੀ ਆ ਸੋਹਣੀ ਲੱਗਦੀ ਆ ਆਪਣੀ ਕ੍ਰੇਟਾਂ ਨਾਲੋਂ ਨੀਵੀਂ ਆ ਹੈ ਨਾ ਇਹ ਉੱਧਰ ਨਾਲੋਂ ਇਹਦੇ ਨਾਲ ਨੀਵੀਂ ਨਹੀਂ ਗੀ ਲਓ ਜੀ ਹੁਣ ਇਹਦੀ ਛੱਤ ਲਾ ਕੇ ਵੇਖਣ ਲੱਗੇ ਹਾਂ ਆ ਗਿਆ ਓਏ ਹੋਏ 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 ਪ੍ਰਧਾਨ ਸਾਹਿਬ ਕਿੱਦਾਂ ਲੱਗਦੀ ਆ ਓਕੇ ਅੱਛਾ ਪਿੱਛੇ ਬਹਿਣ ਲਈ ਉਹ ਵਾਲੀ ਸੀਟ ਅੱਗੇ ਜਾਣੀ ਨਾ ਉੱਧਰੋਂ ਦੀ ਉਹ ਤਾਂ ਜਾਣਾ ਹੋਵੇ ਕਿਤੇ ਐਮਰਜੈਂਸੀ ਫਿਰ ਬੰਦਾ ਵੜ ਕੇ ਬਹਿ ਹੀ ਜਾਂਦਾ ਕਰਿਓ ਛੱਤ ਬੰਦ ਕਰਿਓ ਚੱਲਦੀ ਵਧੀਆ ਨਾ ਛੱਤ ਉੱਦਾਂ ਇਹਦੀ ਰੁਕਦੀ ਰੁਕਦੀ ਨਹੀਂ ਨਾ ਛੱਤ ਤੂੰ ਇੱਦਾਂ ਟਿਕਾ ਕੇ ਬਣਾਉਣਾ ਵਧੀਆ ਲਓ ਵੀ ਪ੍ਰਧਾਨ ਸਾਹਿਬ ਨੂੰ ਪਸੰਦ ਆ ਗਈ ਹੈ ਖੁਸ਼ ਬਹੁਤ ਕਿੱਦਾਂ ਘੂੰ ਘੂੰ ਉਹ ਜ਼ੋਰ ਲੱਗਦਾ ਨਾ ਉਹਦਾ ਵੈਂਟਰੀ 'ਤੇ ਸਹੀ ਆ ਹੈ ਨਾ ਅਸੀਂ ਹੁਣ ਟੈਸਟ ਡਰਾਈਵ ਲੈਣ ਚੱਲੇ ਹਾਂ ਅਤੇ ਡਿਸਾਈਡ ਕੂਪਰ ਦਾ ਝੂਟਾ ਲੈਣ ਦੇ ਆ ਮਿੰਨੀ ਕੂਪਰ ਦਾ ਝੂਟਾ ਪੰਜਾਬ ਦੀਆਂ ਰੋਡਾਂ ਤੇ ਹੈ ਆਟੋਮੈਟਿਕ ਆ ਪਰ ਇਹ ਗੱਲ ਵਧੀਆ ਇਹਦੀ ਆਟੋਮੈਟਿਕ ਆ ਵਧੀਆ ਸਿਸਟਮ ਹੈ ਕਿੱਦਾਂ ਦਾ ਫੇ
ਛੱਤ ਲੱਥਣ ਵਾਲੀ ਆ ਉਹ ਵੀ ਗੱਲ ਵਧੀਆ ਇੱਥੋਂ ਮੋੜ ਦੀ ਆਪਾਂ ਉਹ ਨੂੰ ਜਾਂਦੇ ਹਾਂ ਅੱਗੇ ਸ਼ਹਿਰ 'ਤੇ ਆ ਜਾਣਾ ਫਿਰ ਬੜੀ ਉੜਦੀ ਆ ਮੈਂ ਹੁਣ ਮਾੜਾ ਜਿਹਾ ਰੇਸ ਖੋਲੀ ਉਹ ਜਾਂਦੀ ਚੀ ਚੀ ਕਰਦੀ ਜਾਂਦੀ ਕਿ ਨਹੀਂ ਵਾਕੇ ਦੌੜਦੀ ਆ ਖੁੱਲ ਕੇ ਦੌੜਦੀ ਪੂਰਾ ਗਾਹ ਹੁੰਦੇ ਘੁੰਮ ਕੇ ਮਿੰਨੀ ਕੂਪਰ ਰੇਸ ਆ ਜਿਹੜਾ ਨਾ ਇਹਦਾ ਉਹ ਮੀਟਰ ਆ ਬਹੁਤ ਸੋਹਣਾ ਆ ਮੈਂ ਦੇਖਿਆ ਕਿੱਦਾਂ ਵਧੀਆ ਨਾ ਇਹ ਆਰ ਪੀ ਐਮ ਆ ਇਹ ਤੋਂ ਬਾਅਦ ਕਿੰਨੇ ਤੇ ਗੇਅਰ ਪੈਣਾ ਉਹ ਹੈ ਹੈਗੀ ਕਿ ਨਹੀਂ ਛੋਟੀ ਜੀ ਚਾਰ ਜਣੇ ਉੱਦਾਂ ਇਹ ਟੂ ਡੋਰ ਆ ਚਾਰ ਜਣੇ ਵਧੀਆ ਬਹਿ ਸਕਦੇ ਪਿੱਛੇ ਵੀ ਬਹਿ ਸਕਦੇ ਦੋ ਜਣੇ ਪਰ ਨੀਵੀਂ ਬਹੁਤ ਆ ਦਵਿਸ਼ ਕੇ ਜਾਂਦੀ ਲਾਗੇ ਨਹੀਂ ਲੱਗਣ ਦੇ ਜਾਂਦੀ ਕਿਸੇ ਨੂੰ ਕੱਟਦੀ ਜਾਂਦੀ ਪਤਾ ਨਹੀਂ ਲੱਗਦਾ 90 ਤੇ ਕਦੋਂ ਚੱਲ ਜਾਂਦੀ ਹੁਣ ਨਾ ਅਸੀਂ ਤੋਂ ਕੱਟ ਮਾਰ ਕੇ ਉਹ ਤੋਂ ਬਾਅਦ ਛੱਤ ਲਾਉਂਦੇ ਹਾਂ ਛੱਤ ਲਾ ਕੇ ਫੀਲਿੰਗ ਲੈ ਲਈਏ ਅਤੇ ਉਹ ਕੱਟ ਆ ਗਿਆ ਹੁਣ ਅਸੀਂ ਛੱਤ ਲਾਉਣ ਲੱਗੇ ਏ ਸੀ ਦਾ ਬਹੁਤ ਸਾਰੇ ਵੇਖ ਕੇ ਜਾਂਦੇ ਜੀ ਸਾਰੇ ਜਿਹੜਾ ਗੱਡੀ ਵਾਲਾ ਲੰਘਦਾ ਦੇਖਦਾ ਜੀ ਅਤੇ ਛੱਤ ਲਾਤੀ ਤਾਂ ਫਿਰ ਫੀਲਿੰਗ ਲੈਣੀ ਇੰਨੀ ਕੁ ਉੱਪਰ ਦੀ ਹੈ ਇੰਨੀ ਕੁ ਉੱਪਰ ਕਿੰਨੇ ਦਿਨਾਂ ਦੇ ਕਰਾਉਂਦੇ ਹੈ ਟਾਈਮ ਹੀ ਨਹੀਂ ਲੱਗਦਾ ਆਪਣੇ ਮੋਟਰਸਾਈਕਲ ਨੇ ਤਿੰਨ ਚਾਰ ਦਿਨ ਮੇਰੇ ਉਹ ਖਰਾਬ ਕਰਤੇ ਇੱਥੇ ਛੱਤ ਲੱਗੀ ਜਲਦੀ ਤੇ ਉੜ ਜੂਗੀ ਰੋਕ ਕੇ ਕੱਢਦੇ ਹਾਂ ਕਿਤੇ ਉਹ ਉੱਥੇ ਰੋਕਦੇ ਹਾਂ ਦੌੜਦੀ ਵੀ ਪੂਰਾ ਪੈਰ ਰੱਖੋ ਦੌੜ ਉੱਡਦੀ ਏ ਸੀ ਉਹ ਕਿੰਨਾ ਤੇਜ਼ ਆ ਲੈ ਬਈ ਹੁਣ ਇੱਥੇ ਰੁਕ ਕੇ ਨਾ ਇਹਦੀ ਮਾੜੀ ਜੀ ਛੱਤ ਲਾ ਲਈਏ ਛੱਤ ਲਾਉਣ ਵਾਲੀ ਫੀਲਿੰਗ ਲੈਂਦੇ ਹਾਂ ਹੈ ਇੱਥੇ ਲਾ ਲਈਏ ਸਾਈਡ ਜੀ 'ਤੇ ਚਲੋ ਜੀ ਲਾਓ ਜੀ ਛੱਤ ਕਿੱਦਾਂ ਲਾਉਣੀ ਆ ਹੋਏ ਹੋਏ ਨੱਪੀ ਰੱਖਣਾ ਆ ਇਹ ਵੀ ਥੱਲੇ ਕਰਨੇ ਇਹ ਤਾਂ ਰੱਖਣੇ ਸੀਗੇ ਹਵਾ ਪੈਣੀ ਆ ਦੇਖਿਆ ਹਵਾ ਪੈਂਦੀ ਨਹੀਂ ਨਹੀਂ ਤਾਂ ਕਰਕੇ ਹਵਾ ਬਹੁਤ ਪੈਣੀ ਫਿਰ ਆਪਣੇ ਘੁੰਮ ਘੁੰਮ ਕੇ ਚਲੋ ਜੀ ਨਾ ਇਹ ਨਜ਼ਾਰਾ ਬੱਜ ਗਿਆ ਬਈ ਓਏ ਹੋਏ ਅਰੇ ਮੁੱਛਾਂ ਠਾਹ ਨੂੰ ਹੋ ਗਿਆ ਹਵਾ ਪੈ ਗਈ ਲੋਕੀ ਖੜੇ ਹੋ ਵੇਖਣ ਦੇ ਵਾ ਅੱਗੇ ਪਿੱਦੀ ਜੀ ਨੂੰ ਲੰਘਦਾ ਯਾਰ ਲੰਘਦਾ ਯਾਰ ਲੰਘਦਾ ਹੈਗੀ ਟਿੱਡੀ ਜੀ ਆ ਪਰ ਵੇਖਦੇ ਸਾਰੇ ਹੀ ਆ ਡਾਕੂ ਨੂੰ ਫੜਾ ਦਾਂਗੇ ਨਾ ਬਾਹਰੋਂ ਹਾਏ ਹੋਏ ਰੱਬਾ ਟੂ ਸੀਟਰ ਆ ਨਜ਼ਾਰਾ ਵੱਜ ਗਿਆ ਵਾਕੇ ਮਿੰਟ ਚ ਉੜ ਜਾਂਦੀ ਮਿੰਟ ਚ
ਉੱਪਰ ਲੈ ਦੂੰਗਾ ਇਹ ਵਿੱਚ ਬੈਠ ਕੇ ਤੁਮਾਰੀ ਘੇਰੀਆਂ ਨੀ ਉਹ ਪਤਾ ਹਿਸਾਬ ਨਾਲ ਤਾਂ ਸਹੀ ਆ ਇਹ ਹੈ ਠੀਕ ਨਹੀਂ ਸੀਟ ਤਾਂ ਅੱਗੇ ਪਿੱਛੇ ਹੋਈ ਜਾਣੀ ਕਿ ਨਹੀਂ ਪ੍ਰਧਾਨ ਸਾਹਿਬ ਓਕੇ ਆ ਨਾ ਬਸ ਐਕਸੀਲੇਟਰ 'ਤੇ ਪੈਰ ਰੱਖਣਾ ਆ ਅਤੇ ਸ਼ੂ ਮੰਤਰ ਕਰੀ ਬੰਦ ਅਜੇ ਚੈੱਕ ਹੁੰਦੀ ਗੱਡੀ ਜੀ ਕਿੱਦਾਂ ਠੀਕ ਠਾਕ ਆ ਨਾ ਵਧੀਆ ਵਧੀਆ ਆ ਜਾਓ ਫਿਰ ਮਿੰਨੀ ਕੂਪਰ ਲਓ ਜੀ ਹੁਣ ਚੱਲੇ ਹਾਂ ਅਸੀਂ ਗੱਡੀ ਲਈ ਆ ਵੇਖ ਪਸੰਦ ਆ ਸਾਰਿਆਂ ਨੂੰ ਪਸੰਦ ਆਈ ਆ ਇਹ ਚੀਜ਼ ਹੀ ਬੜੀ ਵਧੀਆ ਯਾਰ ਵਧੀਆ ਲੱਗੀ ਨਾ ਟਿੱਡੀ ਜੀ ਆ ਟਿੱਡੀ ਜੀ ਮੇਰੇ ਪਤਾ ਨਹੀਂ ਕੀ ਚੜ੍ਹ ਗਿਆ ਉਹਦੇ ਵਿੱਚੋਂ ਹੁਣ ਨਾ ਪੇਟ ਪੂਜਾ ਕਰਨ ਲੱਗੇ ਹਾਂ ਅਤੇ ਤਿੰਨ ਸਬਵੇ ਖਾਣ ਲੱਗੇ ਹਾਂ ਵੈੱਜ ਵੈੱਜ ਹੀ ਖਾਈਦਾ ਹਰੀਆਂ ਸਬਜ਼ੀਆਂ ਸਾਰੀਆਂ ਲੱਗੀਆਂ ਹੋਈਆਂ ਆ ਇੱਧਰ ਸੌਸਾਂ ਲੱਗੀਆਂ ਹੋਈਆਂ ਆ ਉਹ ਜਿਹੜੀਆਂ ਇਹ ਹੁਣ ਐਮਰਜੈਂਸੀ 'ਚ ਇੱਦਾਂ ਦੀਆਂ ਚੀਜ਼ਾਂ ਖਾ ਲਈਦੀਆਂ ਫਿਰ ਕਦੀ ਕਦੀ ਡਾਕੂ ਅੱਜ ਸਭੇ ਖਾਊਗਾ ਅੱਜ ਵਧੀਆ ਜੇ ਬਣਵਾ ਕੇ ਲਏ ਹਾਂ ਤੱਤੇ ਤੱਤੇ ਆ ਜਾ ਫਿਰ ਡਾਕੂ ਤੇਰੀ ਮੈਂ ਬੱਲੇ ਬੱਲੇ ਪੂਰੀ ਕਰਾ ਦੇਣੀ ਆ ਬਾ ਹੁਣ ਤੂੰ ਥੋੜ੍ਹੇ ਹਫ਼ਤੇ ਦੇ ਵਿੱਚ ਵਿੱਚ ਵੇਖੀ ਜਾਈ ਤੂੰ ਬਣਦਾ ਕੀ ਆ ਵਿਆਹ ਵਿੱਚ ਮੇਰੇ ਭੂੰਡੀ ਲੜ ਗਈ ਅੱਜ ਕਦੀ ਲੱਤਾਂ 'ਤੇ ਖੁਰਕ ਹੋਈ ਜਾਂਦੀ ਕਦੀ ਬਾਹਾਂ 'ਤੇ ਕਦੀ ਲੱਕ 'ਤੇ ਉਹ ਮਿੰਨੀ ਕੂਪਰ ਦੇ ਵਿੱਚ ਮੈਨੂੰ ਲੱਗਦਾ ਪਿੱਸੂ ਪੁੱਸੂ ਸੀਗੇ ਮਿੰਨੀ ਕੂਪਰ 'ਤੇ ਜਦੋਂ ਮੈਂ ਬੈਠਾ ਨਾ ਉਦੋਂ ਦੀ ਮੇਰੇ ਖੁਰਕ ਹੋਈ ਜਾਂਦੀ ਲੜ ਗਈ ਲੱਗਦਾ ਇਹ ਰਾਜੇ ਵੜਿੰਗ ਵਾਲਾ ਸਟਾਈਲ ਰੱਖ ਲਿਆ ਮੈਂ ਹੁਣ ਜੀ ਘਰ ਆ ਗਏ ਸੀਗੇ ਅਤੇ ਨੈਕਸਟ ਦਿਨ ਮੈਂ ਸ਼ੂਟ ਕਰਨ ਦਿਆ ਅਤੇ ਕਿੱਦਾਂ ਦੀ ਲੱਗੀ ਰੈੱਡ ਕਲਰ ਦੀ ਅਤੇ ਉਹਦੀ ਛੱਤ ਬਲੈਕ ਸੀਗੀ ਕੋਂਬੀਨੇਸ਼ਨ ਤਾਂ ਬਹੁਤ ਸੋਹਣਾ ਸੀ ਗੱਡੀ ਵੀ ਬਹੁਤ ਸੋਹਣੀ ਆ ਥੋੜ੍ਹੀ ਜਿਹੀ ਮੈਨੂੰ ਨਾ ਸਸਪੈਂਸ਼ਨ ਦੇ ਵਿੱਚ ਪ੍ਰੋਬਲਮ ਜੀ ਲੱਗੀ ਅਤੇ ਹਜੇ ਇੱਕ ਦੋ ਹੋਰ ਦੇਖਣੀਆਂ ਆ ਆਪਾਂ ਉਸ ਤੋਂ ਬਾਅਦ ਫਿਰ ਆਪਾਂ ਫਾਈਨਲ ਕਰਕੇ ਚੱਕ ਲਿਆਉਣੀ ਆ ਇਹ ਮੈਂ ਲੈਣ ਲੱਗਾ ਫੇਮਸ ਲਈ ਸਪੈਸ਼ਲ ਕਿਉਂਕਿ ਇਹ ਨਾ ਲੇਡੀਜ਼ ਲਈ ਹੁੰਦੀ ਆ ਸਪੈਸ਼ਲ ਅਤੇ ਉਹ ਚਲਾ ਲਿਆ ਕਰੂਗੀ ਕਿਤੇ ਸ਼ਹਿਰ ਸ਼ੁਰੂ ਸਕੂਟਰੀ 'ਤੇ ਜਾਂਦੀ ਆ ਫਿਰ ਗੱਡੀ 'ਤੇ ਚੱਲ ਜਾਇਆ ਕਰੂਗੀ ਨਾਲੇ ਆਟੋਮੈਟਿਕ ਆ ਸੌਖੀ ਆ ਚਲਾਉਣੀ ਬਸ ਰੇਸ 'ਤੇ ਪੈਰ ਰੱਖਣਾ ਅਤੇ ਸ਼ੂ ਮੰਤਰ ਆਪਾਂ ਵੀ ਕਿਤੇ ਕਿਤੇ
ਘੁੰਮ ਆਇਆ ਕਰਾਂਗੇ ਉੱਥੇ ਕਦੀ ਕਦੀ। ਚੰਗਾ ਜੀ ਫਿਰ ਕੱਲ੍ਹ ਨੂੰ ਮਿਲਦੇ ਹਾਂ ਜੇ ਕੱਲ੍ਹ ਨੂੰ ਵਾਈਟ ਕਲਰ ਦੀ ਵੇਖਣੀ ਆ ਅਤੇ ਇੱਕ ਹੈਗੀ ਆ ਬਲੂ ਕਲਰ ਦੀ, ਬਸ ਇਹਨਾਂ ਤਿੰਨਾਂ 'ਚ ਫਾਈਨਲ ਹੋ ਜਾਣੀ ਹੈ ਜਿਹੜੀ ਵਧੀਆ ਲੱਗੀ ਵਿੱਚ ਚੱਕ ਲਿਆਉਣੀ ਹੁਣ ਬਸ ਹਫ਼ਤੇ ਦੇ ਵਿੱਚ। ਚੰਗਾ ਜੀ ਫਿਰ ਕਮੈਂਟਾਂ ਦੇ ਵਿੱਚ ਮਾੜਾ ਦੱਸਿਓ ਕਿੱਦਾਂ ਦੀ ਲੱਗੀ ਤੁਹਾਨੂੰ, ਜ਼ਰੂਰ ਦੱਸਿਓ ਜ਼ਰੂਰ। ਬਹੁਤ 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 ਵਧੀਆ ਚੀਜ਼ ਆ। ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ।